लाहौर दे विच होया जी दोनी चंद इन्हें पिता का श्राद किया मैं अपने पिता का श्राद करना भोजन छका इन पता लगा गुरु नानक साहब आया कहिंदा उन्हां नूं मैं बुलावां जाके बेनती की महाराज आओ महाराज आ गए आ बड़ा रौनक मेला लगा भाई कहिंदा मेरे पिता का श्राद है अज मैं सारिआं नूं छकाया प्रसाद भोजन कराया आ है गुरु नानक गुरु नानक कहिंदे तेरे पिता नूं पहुंच गया आखो साधना तेरे पिता जी नूं पहुंच गया कहिंदा ये नहीं पता मैनूं ये नहीं पता महाराज कहिंदे तेरा पिता बग्याड़ दी जून विच तीन दिन तो भुखा बैठा कह दिओ गज के साधना महाराज ने अंज कड़ा प्रसाद दिता बनवा कहिंदे इत्थों पंज कोह ते चला जा झाड़ियां दे मगर बग्याड़ डरी ना असीं भेज रहे हां तैनूं उहदे सामने चली जाई वो तीन दिन तो भुखा आ प्रसाद छकाई वो फिर शरीर त्याग के दरगाह नूं जाएगा ते तेरे नाल गल भी करके जाएगा मैं छोटा कर रहा वो गया जी झाड़ियाँ पंज कोह ते झाड़ियाँ मगर ग्याड़ उस तरह फिर उन्हें बर्तन च रखता उन्हें खाधा जो खाधा तो फिर वो गुरु नानक दी फिर भेजी दात सी फिर आख्या बेट बाकी मैं तीन दिन तो भुखा दुनी चंद कहिंदा जी तुसीं ते बड़े धर्मात्मा सी तुसीं बग्याड़ दी जून किवें पा ली फिर उन्हें आख्या भी जदों मैं शरीर त्यागण लगा हाँ ते किसे जगह ते मास बन रहा सी उहदी खुशबू आई है वेख लो अंत वेले जिधर ध्यान जाएगा जून वह मिलेगी जिधर वो कहते मास रिने जा रहा खुशबू ही आई है ते मेरे मन च आया भी मास खाइए ते खीला सुवास निकल पिया ते मैनू बग्याड़ दी जून मिली रज के मास अंतकाल जो लक्ष्मी सिमर ऐसी चिंता मैं जे मरे सर्प जोन वल वल उतरे ये महाराज भगत नाम दा जी दा शब्द हाँ भगत लोचन जी का शब्द है उहदे च खीरले वेले जिधर ध्यान होवे उहदियां जूनां दसी अंत वेले माया वल ध्यान चल गया ते सप दी जून अंतकाल जो लड़के सिमरे टाइम ही बचाना भी दूर दूर जाना अंत वेले बच्चियां ध्यान चला गया ते सूर दी जून अंतकाल जो लड़के सिमरे ऐसी चिंता मैं जे मरे सुकर जोन वल वल उतरे अंतकाल जो मंदिर सिमरे मकाना च बिरती चले गई ऐसी चिंता मैं जे मरे प्रेत जोन वल वल उतरे वो प्रेत बनता आखो साथ आपां कहड़ी पढ़ाई करनी अंतकाल नारायण सिमरे अंतकाल ऐसी चिंता मैं जे मरे बदत त्रिलोचन ते नर मुक्ता पैतंबर वाके हृदय बसे बदत त्रिलोचन ते नर मुक्ता पैतंबर वाके अंतकाल नारायण सिमरै
ਤੁਸੀਂ ਬੜੇ ਭੱਲੇ ਕਰਮ ਕਰਦੇ ਸੀ ਬਗਿਆੜ ਦੀ ਚੋਣ ਕਿਵੇਂ ਧਰਮਾਤਮਾ ਸੀ ਕਹਿੰਦੇ ਮੇਰੇ ਖੀਰਲੇ ਵੇਲੇ ਵਾਸ਼ਨਾ ਇੱਧਰ ਚਲੀ ਗਈ ਵੀ ਮਾਸ ਬਣਦਾ ਪਿਆ ਸੀ ਉਹਦੀ ਖੁਸ਼ਬੂ ਆ ਗਈ ਉਹ ਖਾਵਾਂ ਅਤੇ ਮੈਨੂੰ ਬਗਿਆੜ ਦਾ ਜਨਮ ਪ੍ਰਾਪਤ ਹੋਇਆ ਹੁਣ ਅਗਲੀ ਗੱਲ ਸੁਣਿਓ ਉਹ ਬਗਿਆੜ ਪਿਤਾ ਦੇ ਰੂਪ 'ਚ ਗੁਰੂ ਨਾਨਕ ਦੀ ਕਿਰਪਾ ਨਾਲ ਗੱਲ ਕਰ ਰਿਹਾ ਕਿ ਇਹ ਪੁੱਤਰ ਤੇਰੇ ਘਰ ਜਿਹੜੇ ਗੁਰੂ ਨਾਨਕ ਸਾਹਿਬ ਆਏ ਨੇ ਇਹ ਪੂਰਨ ਪੁਰਖ ਨੇ ਉਹਨਾਂ ਦਾ ਸਦਕਾ ਮੇਰਾ ਉਧਾਰ ਹੋਇਆ ਹੁਣ ਮੈਂ ਜਾ ਰਿਹਾ ਬੈਕੁੰਠਪੁਰ ਜਦੋਂ ਵਾਪਸ ਆਇਆ ਤਾਂ ਮੱਥਾ ਟੇਕਿਆ ਮਹਾਰਾਜ ਹੁਣ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਸ਼ਾਹੂਕਾਰ ਨੂੰ ਮੋੜਨਾ ਕਿਹੜਾ ਸੌਖਾ ਕੰਮ ਹੈ ਉਸ ਵੇਲੇ ਦਾ 7 ਝੰਡੇ ਲੱਗੇ 7 ਲੱਖ ਅਤੇ ਮਹਾਰਾਜ ਜੀ ਨੇ ਨਾ ਇੱਕ ਸੂਈ ਦਿੱਤੀ ਜਿਹੜਾ ਹੁਣ ਟੌਪਿਕ ਚੱਲ ਰਿਹਾ ਧੰਨਦਾਰਾ ਸੰਪਤ ਇੰਜ ਸੂਈ ਦੇ ਕੇ ਕਹਿੰਦੇ ਸਾਡਾ ਫਿਰ ਇਹ ਕੰਮ ਕਰ ਇਹ ਸੂਈ ਸੰਭਾਲ ਲੈ ਅਸੀਂ ਦਰਗਾਹ 'ਚ ਤੇਰੇ ਕੋਲ ਲਵਾਂਗੇ ਆਖੋ ਸਾਤ ਸੂਈ ਘਰ ਲੈ ਗਿਆ ਵੋਟੀ ਨੂੰ ਕਹਿੰਦਾ ਵੀ ਗੁਰੂ ਨਾਨਕ ਮਹਾਰਾਜ ਆਏ ਉਹਨਾਂ ਸੂਈ ਦਿੱਤੀ ਹੈ ਅਤੇ ਕਹਿੰਦੇ ਉੱਥੇ ਲਵਾਂਗੇ ਵੋਟੀ ਕਹਿੰਦੀ ਉਹ ਪੂਰਨ ਪੁਰਸ਼ ਨੇ ਝੂਠਾ ਵਾਅਦਾ ਨਾ ਕਰੋ ਉੱਥੇ ਕੁਝ ਨਹੀਂ ਜੇ ਜਾਂਦਾ ਨਾਲ ਆਪਾਂ ਕਿਵੇਂ ਦੇਵਾਂਗੇ ਸੂਈ ਉੱਥੇ ਵਾਪਸ ਕਰ ਦਿਓ ਹੁਣ ਜਦੋਂ ਅਗਲੇ ਦਿਨ ਫਿਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਕਹਿੰਦਾ ਮਹਾਰਾਜ ਸੂਈ ਲੈ ਲਓ ਮੈਂ ਕਿਵੇਂ ਦਰਗਾਹ 'ਚ ਦਿਆਂਗਾ ਮਹਾਰਾਜ ਕਹਿੰਦੇ ਵੀ ਤੂੰ ਸਾਡਾ ਇੰਨਾ ਕੰਮ ਨਹੀਂ ਕਰ ਸਕਦਾ ਸੂਈ ਰੱਖ ਲੈ ਦਰਗਾਹ 'ਚ ਅਸੀਂ ਤੇਰੇ ਕੋਲ ਲੈ ਲਾਂਗੇ ਕਹਿੰਦਾ ਜੀ ਨਾਲ ਤਾਂ ਕੁਝ ਜਾਂਦਾ ਨਹੀਂ ਮੈਂ ਸੂਈ ਕਿਵੇਂ ਖੜਾਂਗਾ ਬਸ ਮਹਾਰਾਜ ਨੇ ਹੁਣ ਭਾਂਡਾ ਤਿਆਰ ਕਰ ਲਿਆ ਜਦੋਂ ਕਹਿੰਦਾ ਰਾਜ ਮਹਾਰਾਜ ਨਾਲ ਤਾਂ ਕੁਝ ਜਾਂਦਾ ਨਹੀਂ ਮੈਂ ਸੂਈ ਕਿਵੇਂ ਖੜਾਂਗਾ ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਐਡੇ ਮਾਇਆ ਦੇ ਅੰਬਾਰ ਇਕੱਠੇ ਕਰਕੇ ਬੈਠੇ ਇਹ ਕਿਵੇਂ ਨਾਲ ਖੜੇ ਗਏ ਗੁਰੂ ਨਾਨਕ ਮਹਾਰਾਜ ਨੇ ਜੀ ਜਿਹੜੀ ਉਸ ਵੇਲੇ ਗੱਲ ਕਹੀ ਉਹ ਸੁਣ ਲਓ ਮਹਾਰਾਜ ਨੇ ਦੁਨੀ ਚੰਦ ਨੂੰ ਇਹ ਆਖਿਆ ਗੁਰ ਭਨੇ ਭਨੇ ਦਾ ਅਰਥ ਬੋਲੇ ਗੁਰ ਭਨੇ ਸੁਣੀਏ ਦੇ ਚੀਤਾ ਚਿੱਤ ਲਾ ਕੇ ਸੁਣ ਸਾਡੀ ਗੱਲ ਇਸ ਪ੍ਰਾਣੀ ਕੇ ਤੀਨੋਂ ਮੀਤਾ ਦਰਬ ਮਾਇਆ ਪਰਿਵਾਰ ਕਰਮ ਲੱਖ ਲੀਜੇ ਜਸ ਸੰਗੀ ਤਸ ਦਸ਼ਾ ਸੁਣੀਜੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਧਨ ਨੂੰ ਭਲੇ ਲਈ ਵਰਤ ਉਹ ਭਲੇ ਲਈ ਵਰਤਣ ਤੋਂ ਬਾਅਦ ਜਿਹੜੇ ਤੇਰੇ ਚੰਗੇ ਕਰਮ ਬਣਨਗੇ ਨਾ ਉਹ ਨਾਲ ਜਾਣਗੇ ਆਖੋ ਸਤਨਾਮ ਧਨ ਨਹੀਂ ਜਾਂਦਾ ਉਹ ਧਨ ਨੂੰ ਜਦੋਂ ਭਲੇ ਲਈ ਵਰਤਦੇ ਹੋ ਪਰਉਪਕਾਰ ਲਈ ਵਰਤਦੇ ਹੋ ਉਹ ਕਰਮ ਭਲੇ ਬਣਾ ਕੇ ਉਹ ਕਰਮ ਭਲੇ ਨਾਲ ਜਾਂਦੇ ਕਹਿੰਦੇ ਉਹ ਗੱਜ ਕੇ ਸਾਧ ਚਿੱਤ ਨਾਮ ਚਲਾ ਉਹ ਨਾਲ ਜਾਂਦਾ ਤੀਜਾ ਭਜਨ ਮਹਾਰਾਜ ਨੇ ਕੀਤਾ ਸਤ ਸੰਗਤ ਕਰਿਆ ਕਰ ਮਾੜੀਆਂ ਇਛਾਵਾਂ ਤੋਂ ਬਚਿਆ ਰਹੇਗਾ ਚੌਥਾ ਭਜਨ ਮਹਾਰਾਜ ਨੇ ਕੀਤਾ ਵਿਕਾਰ ਛੱਡ ਦੇ ਆਖੋ ਸਾਧਨਾ ਕਹਿੰਦੇ ਉਹ ਦੁਨੀ ਚੰਦ ਜਿਹਦੇ ਅੰਦਰ ਹੰਕਾਰ ਭਰਿਆ ਪਿਆ ਸੀ 7 ਝੰਡੇ ਵੀ ਮੇਰੇ ਵਰਗਾ ਕੋਈ ਨਹੀਂ ਆਪਣੇ ਘਰ ਨੂੰ ਧਰਮਸਾਲ ਬਣਾ ਦਿੱਤਾ ਕਹਿੰਦੇ ਉਹ ਗੱਜ ਕੇ ਸਾਧਨਾ ਮਹਾਰਾਜ ਕਹਿੰਦੇ ਪਤਨੀ ਵੀ ਨਾਲ ਨਹੀਂ ਜਾਂਦੀ ਧਨ ਵੀ ਨਹੀਂ ਜਾਂਦਾ ਜਾਇਦਾਦ ਵੀ ਨਹੀਂ ਜਾਂਦਾ ਭਲੇ ਕਰਮ ਨਾਲ ਜਾਂਦੇ ਆਖੋ ਸਤਨਾਮ ਚੰਗੇ ਕੰਮ ਭਲੇ ਕੰਮ